ਲੁਧਿਆਣਾ ਦੇ ਬੁੱਢਾ ਨਾਲਾ ਦੇ ਗੰਦੇ ਪਾਣੀ ਨੂੰ ਹੁਣ ਤੱਕ ਕਰੋੜਾਂ ਰੁਪਿਆਂ ਦੀਆਂ ਮਸ਼ੀਨਾਂ ਵੀ ਸਾਫ਼ ਕਰਨ ਵਿਚ ਨਾਕਾਮ ਰਹੀਆਂ ਨੇ ਪਰ ਹੁਣ ਇਸ ਦੀ ਸਫਾਈ ਦਾ ਜ਼ਿੰਮਾ ਸਾਂਭਿਆ ਬੈਕਟੀਰੀਆ ਨੇ ਭਲਾ ਬੈਕਟੀਰੀਆ ਨਾਲੇ ਨੂੰ ਕਿਵੇਂ ਦੇਵੇਗਾ ਮੁੜ ਦਰਿਆ ਦਾ ਰੂਪ ਕੀ ਹੈ ਨਵੀਂ ਕੋਸ਼ਿਸ਼ ਆਓ ਦੇਖੀਏ ਲੁਧਿਆਣਾ ਸ਼ਹਿਰ ਚੋਂ ਲੰਘਦੇ ਕਾਲੇ ਹੋ ਚੁੱਕੇ ਬੁੱਢਾ ਨਾਲਾ ਦੇ ਇਸ ਪਾਣੀ ਦੀ ਨੁਹਾਰ ਨੂੰ ਇੱਕ ਖਾਸ ਤਰ੍ਹਾਂ ਦਾ ਬੈਕਟੀਰੀਆ ਸਵਾਰੇਗਾ ਇਸ ਦਾਅਵੇ ਦੇ ਨਾਲ ਹੀ ਇੱਥੇ ਕੁਝ ਲੋਕ ਟਣਾ ਦੇ ਹਿਸਾਬ ਨਾਲ ਬੋਰੀਆਂ ਦੀਆਂ ਬੋਰੀਆਂ ਇਸ ਨਾਲੇ ਚ ਉਲਟਾ ਰਹੇ ਨੇ 500 ਮੀਟਰ ਦੇ ਵਕਫੇ ਤੇ ਬੁੱਢਾ ਨਾਲਾ ਵਿਚ 400 ਟਨ ਬੈਕਟੀਰੀਆ ਆਉਂਦੇ 2 ਮਹੀਨਿਆਂ ਚ ਸੁੱਟਿਆ ਜਾਵੇਗਾ ਤੇ ਇਸ ਦੇ ਟੋਟਲ 5 ਬੈੱਡ ਬਣਾਏ ਜਾਣੇ 500 ਮੀਟਰ ਦੀ ਦੂਰੀ ਤੇ ਰਿਜ਼ਲਟ ਜੋ ਕੰਪਨੀ ਹੈ ਉਹ ਇਹ ਦੱਸ ਰਹੀ ਹੈ ਕਿ ਵੀ ਇਸ ਦਾ 3 ਤੋਂ 5 ਮਹੀਨੇ ਤੱਕ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲੇ ਦਰਅਸਲ ਬਾਇਓ ਰੈਮੀਡੀਏਸ਼ਨ ਪ੍ਰੋਸੈਸ ਦੇ ਨਾਲ ਨਾਲੇ ਵਿੱਚ ਪਾਇਆ ਜਾ ਰਿਹਾ ਇਹ ਬੈਕਟੀਰੀਆ ਹੌਲੀ ਹੌਲੀ ਪਾਣੀ ਦੀ ਗੰਦਗੀ ਨੂੰ ਖਾਂਦਾ ਰਹੇਗਾ ਅਤੇ ਵਕਤ ਦੇ ਨਾਲ ਨਾਲ ਇਹ ਆਪਣੇ ਆਪ ਵਾਧਾ ਵੀ ਰਹੇਗਾ ਇਸ ਵਿੱਚ ਜੋ ਆਰਗੈਨਿਕ ਮੈਟਰ ਹੁੰਦਾ ਹੈ ਉਸਕੋ ਆਰਗੈਨਿਕ ਮੈਟਰ ਕੋ ਕਾਰਬਨ ਡਾਈਆਕਸਾਈਡ ਮੇ ਕਨਵਰਟ ਕਰ ਦੇਤਾ ਹੈ ਯਾਨੀ ਉਸਕੋ ਪੂਰੀ ਤਰ੍ਹਾਂ ਸੇ ਹਵਾ ਮੇ ਡਾਲ ਦੇਤਾ ਹੈ ਔਰ ਇਸ ਮੇ ਜੋ ਬੈਕਟੀਰੀਆ ਹੈ ਵੋ ਸਿਰਫ ਇੱਕ ਤਰ੍ਹਾਂ ਕੇ ਨਹੀਂ ਹੈ ਵੋ ਅਲਗ ਅਲਗ ਤਰ੍ਹਾਂ ਕੇ ਕਾ ਹੈ ਤੋ ਇੱਕ ਬੈਕਟੀਰੀਆ ਜੋ ਵੇਸਟ ਖਾਤਾ ਹੈ ਤੋ ਉਸਕਾ ਜੋ ਵੇਸਟ ਬਣਦਾ ਹੈ ਉਸ ਬੈਕਟੀਰੀਆ ਕਾ ਵੋ ਦੂਸਰਾ ਬੈਕਟੀਰੀਆ ਖਾ ਲੇਤਾ ਹੈ ਤੋ ਐਸੇ ਯੇ ਬਾਇਓ ਡਿਗ੍ਰੇਡੇਸ਼ਨ ਕੀ ਚੇਨ ਬਣਤੀ ਹੈ ਔਰ ਯੇ ਚੇਨ ਹਮਨੇ ਕਲ ਯਹਾਂ ਪਰ ਸ਼ੁਰੂ ਕੀ ਹੈ 22 ਕਰੋੜ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਦੇ ਨਤੀਜੇ ਵੀ ਭਾਵੇਂ ਜਲਦ ਹੀ ਸਾਹਮਣੇ ਆਉਣ ਦੀ ਆਸ ਜਤਾਈ ਜਾ ਰਹੀ ਹੈ ਪਰ ਇਸ ਦੇ ਪਾਣੀ ਤੇ ਅਗਲੇ 5 ਸਾਲਾਂ ਤੱਕ ਨਜ਼ਰ ਰੱਖੀ ਜਾਵੇਗੀ ਤਾਂ ਕਿ ਇਸ ਦੀ ਸਫਾਈ ਨੂੰ ਯਕੀਨੀ ਬਣਾਇਆ ਜਾ ਸਕੇ ਜੋ ਲੋਕ ਮਸ਼ੀਨਸ ਵਗੈਰਾ ਦੇਤੇ ਹੈ ਉਹ ਤਾਂ ਨਿਕਲ ਜਾਤੇ ਹੈ ਲੇਕਿਨ ਯਹਾਂ ਪਰ ਹਮ ਨਦੀ ਕੇ ਹੈਲਥ ਕੇ ਬਾਰੇ ਮੇ ਕਾਮ ਕਰ ਰਹੇ ਹੈ ਤੋ ਹਮ ਯੇ ਕਹਿ ਰਹੇ ਕਿ ਹਮਾਰੇ ਲਈ ਮੋਨੀਟਰਿੰਗ 5 ਸਾਲ ਕਾ ਹੈ ਤੋ ਹਮਾਰੇ ਲਈ ਤੋ ਯੇ ਪ੍ਰੋਜੈਕਟ ਖਤਮ ਹੋਨੇ ਵਾਲਾ ਨਹੀਂ ਹੈ ਜਬ ਤੱਕ ਯੇ ਪਾਣੀ ਖੇਤੀ ਕੇ ਲਈ ਇਸਤੇਮਾਲ ਨਾ ਹੋ ਜਾਏ ਹੁਣ ਪਾਣੀ ਚ ਸੁੱਟਿਆ ਜਾ ਰਿਹਾ ਇਹ ਬੈਕਟੀਰੀਆ ਪਾਣੀ ਦੀ ਗੰਦਗੀ ਦੇ ਨਾਲ ਨਾਲ ਕੀ ਵੱਡੀਆਂ ਇੰਡਸਟਰੀਆਂ ਦੇ ਹਾਨੀਕਾਰਕ ਰਸਾਇਣਾਂ ਨੂੰ ਵੀ ਨਸ਼ਟ ਕਰ ਪਾਵੇਗਾ ਕਿਉਂਕਿ ਪਹਿਲਾਂ ਲਾਏ ਗਏ ਪਲਾਂਟ ਵੀ ਅਜੇ ਤੱਕ ਸਹੀ ਢੰਗ ਨਾਲ ਕੰਮ ਨਹੀਂ ਕਰ ਪਾ ਰਹੇ ਨੇ ਅਜਿਹੇ ਚ ਕਰੋੜਾਂ ਰੁਪਏ ਦਾ ਇਹ ਪ੍ਰੋਜੈਕਟ ਕੀ ਸੱਚਮੁੱਚ ਬੁੱਢੇ ਨਾਲੇ ਦੀ ਨੁਹਾਰ ਬਦਲੇਗਾ ਅਜੇ ਕੁਝ ਵੀ ਕਹਿਣਾ ਸ਼ਾਇਦ ਜਲਦਬਾਜ਼ੀ ਹੋਏਗੀ ਨਵੀਨ ਸ਼ਰਮਾ ਜ਼ੀ ਪੰਜਾਬੀ ਲੁਧਿਆਣਾ ਬੈਕਟੀਰੀਆ ਨਾਲ ਬੁੱਢੇ ਨਾਲੇ ਨੂੰ ਸੰਵਾਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਗੰਦਗੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਰੋੜਾਂ ਦਾ ਇਹ ਪ੍ਰੋਜੈਕਟ ਟਨਾਂ ਦੇ ਹਿਸਾਬ ਨਾਲ ਬੈਕਟੀਰੀਆ ਛੱਡ ਕੇ ਪਾਣੀ ਨੂੰ ਟਨਾ ਟਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਵੇਂ ਚੱਲ ਰਿਹਾ ਕੰਮ ਮੌਕੇ ਦਾ ਜਾਇਜ਼ਾ ਲਿਆ ਸਾਡੇ ਪੱਤਰਕਾਰ ਨਵੀਨ ਸ਼ਰਮਾ ਨੇ ਅਸੀਂ ਇਸ ਵੇਲੇ ਖੜੇ ਹਾਂ ਲੁਧਿਆਣਾ ਦੇ ਜੈਨਪੁਰ ਦੇ ਪਿੰਡ ਦੇ ਕੋਲ ਬੁੱਢੇ ਨਾਲੇ ਦੇ ਪੁਲ ਤੇ ਜਿੱਥੇ ਗ੍ਰੀਨ ਬ੍ਰਿਜ ਟੈਕਨੋਲੋਜੀ ਦੇ ਤਹਿਤ ਬੁੱਢੇ ਨਾਲੇ ਦੇ ਕਾਲੇ ਪਾਣੀ ਨੂੰ ਸਾਫ਼ ਕਰਨ ਵਾਸਤੇ ਮੁੜ ਤੋਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਕਾਲੇ ਪਾਣੀ ਨੂੰ ਸਾਫ਼ ਕਰਨ ਵਾਸਤੇ ਬੁੱਢੇ ਨਾਲੇ ਦੇ ਵਿੱਚ 95 ਟਨ ਬੈਕਟੀਰੀਆ ਛੱਡਿਆ ਗਿਆ ਜਿਹੜਾ ਕਾਲੇ ਪਾਣੀ ਨੂੰ ਚਿੱਟਾ ਕਰੇਗਾ ਤੁਸੀਂ ਕੈਮਰੇ ਦੀ ਤਸਵੀਰਾਂ ਤੋਂ ਦੇਖ ਸਕਦੇ ਹੋ ਕਿ ਕਿਵੇਂ ਬੁੱਢੇ ਨਾਲੇ ਨੂੰ ਦੇ ਕਾਲੇ ਪਾਣੀ ਨੂੰ ਸਾਫ਼ ਕਰਨ ਵਾਸਤੇ ਕੋਸ਼ਿਸ਼ਾਂ ਜਾਰੀ ਨੇ ਕਾਰਪੋਰੇਸ਼ਨ ਦੇ ਸਫਾਈ ਕਰਮਚਾਰੀ ਪੁਲ ਦੇ ਉੱਤੇ ਖੜ ਕੇ ਕਾਲੇ ਪਾਣੀ ਨੂੰ ਸਾਫ਼ ਕਰ ਰਹੇ ਨੇ ਤੇ ਉਸ ਦੇ ਵਿੱਚੋਂ ਗੰਦ ਕੱਢ ਰਹੇ ਨੇ ਕਾਲੇ ਪਾਣੀ ਨੂੰ ਚਿੱਟਾ ਕਰਨ ਵਾਸਤੇ ਇਸ ਦੇ ਵਿੱਚ 95 ਟਨ ਬੈਕਟੀਰੀਆ ਛੱਡਿਆ ਗਿਆ ਕਿ ਜਿਹੜਾ ਆਉਂਦੇ 2 ਮਹੀਨੇ ਵਿੱਚ 350 ਟਨ ਬੈਕਟੀਰੀਆ ਹੋਰ ਛੱਡਿਆ ਜਾਵੇਗਾ ਸੋ ਕਾਰਪੋਰੇਸ਼ਨ ਵੱਲੋਂ ਤੇ ਸਰਕਾਰਾਂ ਵੱਲੋਂ ਜਿਹੜੀਆਂ ਨੇ ਬੁੱਢੇ ਨਾਲੇ ਦੇ ਕਾਲੇ ਪਾਣੀ ਨੂੰ ਸਾਫ਼ ਕਰਨ ਵਾਸਤੇ ਮੁੜ ਤੋਂ ਕੋਸ਼ਿਸ਼ਾਂ ਫਿਰ ਤੋਂ ਸ਼ੁਰੂ ਹੋ ਚੁੱਕੀਆਂ ਨੇ ਤੇ ਕਿੰਨਾ ਕੁ ਬੁੱਢੇ ਨਾਲੇ ਦਾ ਕਾਲਾ ਪਾਣੀ ਚਿੱਟਾ ਹੋ ਸਕੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਸੁਸ਼ੀਲ ਮਹਿਰਾ ਦੇ ਨਾਲ ਨਵੀਨ ਸ਼ਰਮਾ ਜ਼ੀ ਪੰਜਾਬੀ ਲੁਧਿਆਣਾ ਬਾਇਓ ਰੈਮੀਡੀਏਸ਼ਨ ਪ੍ਰੋਜੈਕਟ ਇੱਕ ਕਿਫਾਇਤੀ ਪ੍ਰੋਜੈਕਟ ਦੱਸਿਆ ਜਾ ਰਿਹਾ ਹੈ ਜਿਸ ਵਿੱਚ ਕੋਈ ਬਹੁਤ ਜ਼ਿਆਦਾ ਨਿਪੁੰਨ ਯਾਨੀ ਹਾਈ ਸਕਿਲਡ ਮੈਨ ਪਾਵਰ ਦੀ ਲੋੜ ਨਹੀਂ ਹੈ ਨਾ ਹੀ ਊਰਜਾ ਯਾਨੀ ਬਿਜਲੀ ਦੀ ਲੋੜ ਹੈ ਕੇਂਦਰੀ ਵਾਤਾਵਰਣ ਅਤੇ ਜੰਗਲਾਤ ਮਹਿਕਮੇ ਬਾਰੇ ਮੰਤਰੀ ਜੈਰਾਮ ਰਮੇਸ਼ ਨੇ ਇਸੇ ਸਾਲ 23 ਅਪ੍ਰੈਲ ਨੂੰ ਇਸ ਦਾ ਉਦਘਾਟਨ ਕੀਤਾ ਸੀ ਖਾਸ ਗੱਲ ਇਹ ਹੈ ਕਿ ਪ੍ਰੋਜੈਕਟ ਬੁੱਢੇ ਨਾਲੇ ਦਾ ਪ੍ਰਦੂਸ਼ਣ 50 ਤੋਂ 80 ਫੀਸਦੀ ਤੱਕ ਘੱਟ ਕਰ ਦੇਵੇਗਾ ਪਾਣੀ ਚੋਂ ਗੰਦਗੀ ਸਾਫ਼ ਕਰਨ ਦੇ ਇਸ ਪ੍ਰੋਜੈਕਟ ਤੇ ਇੱਕ 4 ਮੈਂਬਰੀ ਟੀਮ ਪੂਰੀ ਤਨਦੇਹੀ ਦੇ ਨਾਲ ਕੰਮ ਕਰੇਗੀ ਇੱਕ ਵਾਰ ਗੰਦਗੀ ਹਟ ਗਈ ਤਾਂ 5 V ਸ਼ੇਪ ਦੇ ਹਰੇ ਪੁਲ ਗ੍ਰੀਨ ਬ੍ਰਿਜ ਬਣਾਏ ਜਾਣਗੇ ਜੋ ਪਾਣੀ ਦੇ ਪ੍ਰਵਾਹ ਦੇ ਨਾਲ ਬਣਾ ਦਿੱਤੇ ਜਾਣਗੇ ਇਹਨਾਂ 20 ਸ਼ੇਪ 5 ਪੁਲਾਂ 'ਚ ਰੋਗਾਣੂ ਛੱਡੇ ਜਾਣਗੇ ਜੋ ਪਾਣੀ ਵਿੱਚੋਂ ਲੰਘਣ ਵਾਲੀ ਗੰਦਗੀ ਨੂੰ ਖਾ ਜਾਣਗੇ ਇਹ ਵੀ ਯਕੀਨੀ ਬਣਾਇਆ ਜਾਏਗਾ ਕਿ ਛੱਡੇ ਹੋਏ ਰੋਗਾਣੂ ਲੰਮੇ ਵਕਤ ਤੱਕ ਅੰਦਰ ਰਹਿ ਸਕਣ ਤੁਹਾਨੂੰ ਇਹ ਵੀ ਦੱਸ ਦਈਏ ਕਿ 5 ਪੁਲ ਜੋ ਨੇ 500 ਮੀਟਰ ਦੀ ਦੂਰੀ ਤੇ ਹੋਣਗੇ ਇੱਕ ਦੂਸਰੇ ਤੋਂ ਇਹ ਪ੍ਰੋਜੈਕਟ ਠੀਕ ਉਸੇ ਤਰ੍ਹਾਂ ਕੰਮ ਕਰੇਗਾ ਜਿਵੇਂ ਕਿਡਨੀਆਂ ਮਨੁੱਖੀ ਸਰੀਰ ਵਿੱਚ ਖੂਨ ਨੂੰ ਸਾਫ਼ ਕਰਦੀਆਂ ਨੇ
अगले साल मार्च तक इन पुलों ते फिल्टर ला दिते जाणगे जो अपने ढंग नाल प्रदूषण नूं पूरी तरह हटा देंगे ते प्रदूषण मुक्त कर देंगे बुढ़े नाले नूं। इस प्रोजेक्ट ते माहर आपो अपनी राय दे रहे ने, किस किस तरह की राय है दसांगे एक छोटे जे ब्रेक के बाद।